लो जी अपने दीपक भाई फ्रॉम किला ग्राउंड पेज हो रहा लाइव पेज विखाऊंगा ने लो जी चको सोनू दिशे दे नाल पेज जी 22 साल पुराने खिडारी उधर 22 साल का हुनर जे इधर किले का हुनर जे और वाह दा लेवल तुसीं अच्छा कर लो वाह दा लेवल किस हिसाब दा दीपक भाई दी डोर कदा निकलदी पई जैकट तड़ तड़ हो रही है ये जैकट पहले भी थोड़ी वाह दा साणा माड़ी माड़ी पार्टी है फिर हो सकता बाकी तुसीं पेज विखाओ हुण तुहानूं पेज विखाऊंगा दीपक भाई की पतंग बहुत गांह निकल गई थल्यों दिशे वीर की पतंग अजे बहुत घट सोनू दिशा बेजा कट गए सत चेक करो जी पतंगा जी पई हुई रुस्तम भाई पेचा कट के वापस आ रहे ने पतंग उतार ली ठीक सर काके बेचा मिक्की दा पेचा जे बंटी भाई दे नाल पेचा हो रहा जी मिक्की दे नाल पॉपुलर चिकन आले नाल ਬੰਟੀ ਭਾਈ ਦੀ ਪਲੰਘੀ ਥੱਲੇ ਤੇ ਮਿੱਕੀ ਤੰਗ ਕੀ ਉੱਪਰ ਕਿਹੜਾ ਆਵਾ ਚੱਲ ਮੀਟ ਵਾਲੇ ਪਾਲੇ ਅੰਦਰ ਹੀ ਆ ਗਈ ਹਾਂਜੀ ਹੋ ਗਈ ਵਾਹ ਸੁਣ ਗਿਆ ਵਾ ਉਹ ਕੀ ਬਾਤ ਹੈ ਲੋ ਜੀ ਪਾਕਿਸਤਾਨੀ ਢੋਰ ਤੇ ਬੰਟੀ ਭਾਈ ਨੇ ਪਿੱਛਾ ਕੱਟਿਆ चैनल तो उधर साहिल भाई ने पतंग कढ ली एक नवी बहुत ही वधिया पतंग कढ़ी है क्या बात है अपने तगड़े खिडार तनाव पा मेरी
ਕਾਕੇ ਦੇ ਬੇਟਾ ਵਿਖਾ ਲੈਂਦੇ ਬਾਈ ਕੋਈ ਤਲਾਬ ਆ ਕਾਕੇ ਦੇ ਬੇਟਾ ਵਿਖਾ ਲੈਂਦੇ ਹਾਂਜੀ ਉਧਰ ਟੀਵੀ ਲੱਗਾ ਉਧਰ ਟੀਵੀ ਲੱਗਾ ਕਿਹੜੀ ਫਿਲਮ ਚੱਲ ਰਹੀ ਹੈ ਭਾਈ ਸੁੱਧੀ ਚੁੱਕੇ ਲਿਓ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਓਏ ਹੋਏ 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 ਚਲੋ ਚਲੋ ਇਹਦੀ ਪਤੰਗ ਆ ਗਈ ਉੱਪਰਲੀ ਆਵਾਜ਼ ਲਓ ਜੀ ਹੁਣ ਕਾਕੇ ਭਾਈ ਦਾ ਲਾਈਵ ਟੈਲੀਕਾਸਟ ਪੇਸ਼ਾ ਵਿਖਾਵਾਂਗੇ ਆਪਾਂ ਆਪਣੇ ਜਾਨ ਦਾ ਕਾਕੇ ਭਾਈ ਦਾ ਪੇਜ ਮੇਰੀ ਜਾਨ ਉਧਰ ਇਧਰ ਬੜੇ ਤਕੜੇ ਖਿਡਾਰੀ ਰਿੰਪੀ ਭਾਈ ਦਾ ਪਤੰਗਾਂ ਵੀ ਦੋਵੇਂ ਇੱਕੋ ਹੀ ਆ ਜੇ ਇਸ ਤੋਂ ਪਹਿਲੇ ਵੀ ਕਾਕੇ ਭਾਈ ਨੇ ਪੇਜ ਕਟਵਾਇਆ ਵਾ ਤੇ ਹੁਣ ਦੁਬਾਰਾ ਪੇਜ ਕਰਦੇ ਹੋਏ ਕਾਕੇ ਭਾਈ ਦੀ ਪਲੰਘ ਥੱਲੇ ਜੇ ਰਿੰਪੀ ਭਾਈ ਦੀ ਪਲੰਘ ਉੱਪਰ ਜੇ ਫਿਰ ਵੇਖ ਲਓ ਰਿੰਪੀ ਭਾਈ ਦੀ ਪਲੰਘ ਉੱਪਰ ਲਈ ਕਾਕੇ ਭਾਈ ਥੱਲੇ ਆ ਦਾ ਮਾਰਿਆ ਰਿੰਪੀ ਭਾਈ ਉੱਤੋਂ ਦਾ ਖੇਡਦੇ ਪਏ ਪੂਰੇ ਆਪਣੇ ਆਹ ਵੇਖੋ ਜਰਾ ਕਾਕੇ ਭਾਈ ਪਲੰਘ ਥੱਲੇ ਓ ਜੀ ਮਾਰੀ ਹੈ ਖਿੱਚ ਰਿੰਪੀ ਭਾਈ ਨੇ ਉੱਤੋਂ ਨਿਕਲ ਗਈ ਏ ਓਏ ਹੋਏ ਹੋਏ ਹੋ ਕੱਟੀ ਗਈ ਕਾਕੇ ਭਾਈ ਪੇਚਾ ਕੱਟ ਗਏ ਓਏ ਹੋਏ 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 ਵੇਖੋ ਪੇਚਾ ਕਾਕੇ ਭਾਈ ਨੇ ਕੱਟਿਆ ਰਿੰਪੀ ਭਾਈ ਪਤੰਗ ਬਹੁਤ ਸੋਹਣੀ ਮਾਰੀ ਤੁਸੀਂ ਪਤੰਗ ਰੋਕ ਕੇ ਡੋਰ ਮਾਰਤੀ ਜਿਹੜੀ ਚੀਰੀ ਗਈ ਸਤਿ ਸ਼੍ਰੀ ਅਕਾਲ ਜੀ ਭਾਈ ਸਾਰੇ ਭਰਾਵਾਂ ਨੂੰ ਭਲਾਈ ਕੇਂਦਰ ਗਰਾਊਂਡ ਔਰ ਪੇਜ ਵੇਖੋ ਤੁਸੀਂ ਕਰਨ ਭਾਈ ਦਾ ਹੋ ਰਿਹਾ ਇਹ ਬਹੁਤ ਜ਼ਬਰਦਸਤ ਹਵਾ ਵੀ ਬਹੁਤ ਜ਼ਿਆਦਾ ਤੇਜ਼ ਹੈ ਸਵੇਰੇ ਸਵੇਰੇ ਦਾ ਟਾਈਮ ਜੇ 16 ਤਾਰ ਦੀ ਆਵਾਜ਼ ਏ ਪ੍ਰੈਸ਼ਰ ਬਹੁਤ ਜ਼ਿਆਦਾ ਆਵਾਜ਼ ਫੇਰ ਚੈੱਕ ਕਰੋ ਤੁਸੀਂ ਕਰਨ ਭਾਈ ਦਾ ਚਮਕੌਰੇ ਨਾਲ ਪੇਜ ਹੋ ਰਿਹਾ ਔਰ ਬਹੁਤ ਹਾਈ ਗ੍ਰੇਡ ਪੇਜ ਹੋ ਰਿਹਾ ਭਾਈ ਉਹ ਚੈੱਕ ਕਰੋ ਤੁਸੀਂ ਕਰਨ ਭਾਈ ਚੁੱਕੇ ਲੈ ਕੇ ਗਾਂ ਅਗਲੇ ਪਾਸੇ ਪਤੰਗ ਅੰਦਰ ਹੈਗੀ ਲਓ ਜੀ ਚਮਕੌਲੀ ਭਾਈ ਦੀ ਟੁੱਟ ਗਈ ਏ ਹਵਾ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਪਤੰਗਾਂ ਦੀ ਛੱਤ ਚੈੱਕ ਕਰੋ ਤੁਸੀਂ ਲਓ ਜੀ ਆਪਣੇ ਤਕੜੇ ਖਿਡਾਰ ਕਾਕੇ ਭਾਈ ਦਾ ਪੇਜ ਹੋ ਰਿਹਾ ਜੇ ਸੋਨੂੰ ਦਿਸ਼ੇ ਦੇ ਨਾਲ ਕਾਕੇ ਭਾਈ ਜਾਇਗੜ ਦੇ ਪਲੇਅਰ ਔਰ ਉਹਨਾਂ ਦਾ ਪੇਜ ਹੋਏਗਾ ਸੋਨੂੰ ਦਿਸ਼ੇ ਦੇ ਨਾਲ ਔਰ ਲਾਈਵ ਟੈਲੀਕਾਸਟ ਵਿੱਚ ਵਿਖਾਵਾਂਗੇ ਪੂਰਾ ਹਵਾ ਦਾ ਪ੍ਰੈਸ਼ਰ ਬਹੁਤ ਹੀ ਜ਼ਿਆਦਾ ਐਂਡਲੈਸ ਹਵਾ ਜੇ ਦਿੱਤੀ ਕਾਕੇ ਮੈਂ ਨਹੀਂ ਕਾਕੇ ਭਾਈ ਨੇ ਵਾਹ ਤੇ ਜਾਣਾ ਤੁਹਾਨੂੰ ਮਾਰ ਲੈਣੀ ਯਾਰ
अमृतसर काइट फ्लाइंग क्लब फेसबुक पे करो भाई नु फॉलो जाके बहुत बढ़िया वीडियो देना जी हमें पेचा रुक गया ये अगले पासे पतंगा लगिया वो खुद ही वेख सकते दम चेक करो किथे वड़ गया मेरे वो पतंग नहीं दुगन दी सामने दुगन दी निकल गई हगी है ओ लगी है यहां शुभम दी गई एक गई है तो ये एक गई है तो करण भाई लगे हुए लाइन च आ गया साइड दिशान कंपनी थल्ले लाऊंगा उत्ते लाऊंगा उत्ते ਤੁਸੀਂ ਪੇਜ ਇੰਜੋਏ ਕਰੋ ਹਵਾ ਬਹੁਤ ਤੇਜ਼ ਖਿਡਾਰੀ ਦੋਵੇਂ ਤਗੜੇ ਐਪ 22 ਸਾਲ ਪੁਰਾਣੇ ਖਿਡਾਰੀ ਹੋ 20 ਸਾਲ ਪੁਰਾਣੇ ਖਿਡਾਰੀ ਬੱਬੂ ਬੇਚਾ ਗਈ ਓਈ ਕਰੋ ਚੱਕ ਬੇਚਾ ਹਵਾ ਬਹੁਤ ਸੋਹਣੀ ਜੇ ਚੱਲ ਕਾਕੇ ਲੋਏ ਕਾਕੇ ਭਾਈ ਦਾ ਪੇਜ ਦੋਵੇਂ ਪਤੰਗਾ ਬਲੈਕ ਦੇ ਇੱਧਰ ਰਾਈਟ ਸਾਈਡ ਵਾਲੀ ਪਤੰਗ ਹੈਗੀ ਇਹ ਸੋਨੂੰ ਦੀਸ਼ੇ ਭਾਈ ਦੀ ਤੇ ਪਰਲੀ ਬਲੈਕ ਹੈਗੀ ਇਹ ਕਾਕੇ ਭਾਈ ਦੀ ਕਾਕੇ ਭਾਈ ਦੀ ਪਤੰਗ ਬਹੁਤ ਹੀ ਵਾਹ ਦੇ ਵਿੱਚ ਨੱਚਦੀ ਹੋਈ ਖੇਡਦੀ ਹੋਈ ਪੂਰਾ ਓਹ ਕਾਕੇ ਪੇਜ ਹੋ ਗਿਆ ਜੀ ਵੇ ਕਿੱਧਰ ਆ काके भाई उपरों पूरे दा पेज खेड दे तो सोनू दिशा भी थले दाण दिंदे होए सोनू दिशा भी कहना दा किथे मरोगे लो जी वाल हो गया जी ओ बच गई खिच ओ तुहाडी ओए होए 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 क्या खिच मारी थले वेख ए दो साल दा जिहड़ा वादा सी ना ओ वादा मिलिया सोनू दिशे नूं ਵਾਦਾ ਪ੍ਰੈਸ਼ਰ ਬਹੁਤ ਜ਼ਿਆਦਾ ਆਪਣੇ ਫੋਟੋਗ੍ਰਾਫਰ ਸਾਹਿਬ ਗੁੱਪੀ ਭਾਈ ਦਾ ਪੇਜ ਵਿਖਾਵਾਂਗੇ ਬਿਲਕੁਲ ਲਾਈਵ ਹੈ ਅਜੇ ਟੇਪਾ ਲੱਗ ਰਹੀ ਹੈ ਵਾਦਾ ਪ੍ਰੈਸ਼ਰ ਬਹੁਤ ਜ਼ਿਆਦਾ ਭਾਈ ਵੇਖੋ ਤੁਸੀਂ ਭਰੀ ਹੋਈ ਪੂਰੀ ਪੂਰੀ ਫੁੱਲ ਚ ਰੱਖਿਆ ਇਹ ਅੱਜ ਭਾਈ ਫ੍ਰੀ ਹੋਏ ਲੱਗਦਾ ਸੀਜ਼ਨ ਚੱਲਣ ਦੇ ਇਸ ਟਾਈਮ ਵਿਆਹਾਂ ਦਾ ਬਹੁਤ ਹਾਈ ਲੈਵਲ ਤੇ ਇਹ ਭਾਈ ਫੋਟੋਗ੍ਰਾਫਰ ਹੈਗੇ ਹਾਈ ਗ੍ਰੇਡ ਫੋਟੋਗ੍ਰਾਫਰ ਆ ਵੇਰਕਾ ਸਾਰਾ ਇਹਨਾਂ ਕੋ ਹੁੰਦਾ ਜੀ ਸੋਫਟ ਸ਼ਰਕ ਤੇ ਕਦੀ ਨਹੀਂ ਜਾਂਦੇ छत चेक करो तुम पतंगा क्या बात है अगला पेज विखावे गोपी का गोपी कितना बेचा गा गोपी का गोपी का बेचा लाऊंगा उधर भी गोपी इधर भी गोपी अच्छा अच्छा चलो तू जो सारे रखे भाई जी चलो आगे और मैं भी बड़ी लाई थले आप भी बड़ी मारी दोदी 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 लोई गोपी भाई दा बेचा गोपी भाई दे नाल टास कर लगे लो लो जी चको लाइव टेलीकास्ट बेचा दोवें गोपी और खड़ार दोवें चोटी दे राइट साइड वाले गोपी ने लाई उपर फोटोग्राफर ने गोपी नहर वाला देगा थले पेज एक नंबर ताबड़ तोड़ पेज हूं हजे लो जी क्या बात है क्या बात है पेचा होंगे जे ताबड़ तोड़ कस के मरूगा गोपी भाई पेचा गए जे कट लो जी
थले दी रुस्तम भाई फिर तो बेचा दूर दिखावे लोही अगला बेचा है रुस्तम भाई का जायगढ़ के पुराने प्लेयर उन्होंने नाम नहीं लवाना पर जायगढ़ के बड़े पुराने प्लेयर उन्होंने बेचा जे काली पतंग आ गई रुस्तम भाई दिल न सह दे के पतंग थले दौ महाराज कृपा करे भली करे थले देती तुम अज डोर तुम बहुत मोटी बनी हुई है डोर बहुत मोटी है पाकिस्तान लग रही है वेखो लोही लाइव टेलीकास्ट बेचा चुको अगले दिन पतंग बहुत अगे अंदर पतंग बहुत पिछे थोड़ी तो लंबी करो रुस्तम भाई अरे वाह जी जान दो डोर तो बहुत मोटी है इन अगले पास पैनी समझाने वा आ गया बेचा बखा लें बस मैं आ गया अगले बेचे आ गया वहां बेचा बखा लें बेचा बखा लें आ गया वहां होली पता कितने पहुंच गई तो ਉਹਨੇ ਪਲਾਂਗ ਕਰ ਕੇ ਪਹੁੰਚੀ ਹੋ ਗਿਆ ਮੇਰਾ ਅੱਲਾ ਹੋ ਗਿਆ ਚੱਲ ਚੱਲ ਉਹ ਕੈਂਸਲ ਹੀ ਤੇਰੇ ਨਾਲ ਉਹ ਤੇਰਾ ਬੰਦਾ ਨਹੀਂਗਾ ਉਹ ਘਰ ਥੱਲੇ ਪੇਚਾ ਦੇ ਹੁੰਦੇ ਲਾਈ ਰੁਸਤਮ ਭਾਈ ਨੇ ਪੇਚਾ ਕੱਟਿਆ ਇਹ ਬੜਾ ਵਧੀਆ ਲੈ ਇਹਨੂੰ ਇੱਧਰ बंदा पछाण लो चरखी पछाण लो और पेज आला शाही पेज चको बेचा चको साहिल भाई ने पतंग थले दी अज पहली बारी वर्किंग घट है साहिल पतंग की तो चुकी है ना मारन दे साहिल वर्किंग नहीं पतंग चुक ली दूजा रे लो जी मिक्की वीर ने बेचा कटिया जी साहिल पेजा कटने जाना अज पतंग थोड़ी माड़ी ही पतंग थोड़ा नुका पाड़ गया ही करके